ਸਰ ਮੈਂ ਸੈੱਟ ਤੇ ਪਹੁੰਚ ਗਿਆ ਜੀ। ਹਾਂਜੀ 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 ਇੱਕ ਮਿੰਟ ਖੜ ਜਾਓ ਜੀ। ਕੀ ਹਾਲ ਹੈ ਸਰ? ਇੱਕ ਮਿੰਟ ਮੈਂ ਹੁਣ ਚੈੱਕ ਕਰਕੇ ਦੱਸ ਦੇਣਾ ਤੁਹਾਨੂੰ। ਹਾਂਜੀ ਕਰ ਲੈਣਾ ਮੈਂ ਚੈੱਕ। ਹਾਈਟ ਮੈਂ ਤੁਹਾਨੂੰ ਦੱਸ ਦਿੰਦਾ ਜੀ, 1 2 3 4 5 6 ਦੇ ਨੇੜੇ ਆ ਜੀ ਹਾਈਟ। ਹਾਂਜੀ ਹਾਂ ਓਕੇ। ਕਲੋਜ਼ਅਪ ਨਹੀਂ ਜੀ, ਗੁੱਸਾ ਮੁੱਕਾ ਮਾਰਨਗੇ, ਕਲੋਜ਼ ਨਹੀਂ ਲੈ ਸਕਦਾ ਮੈਂ। ਹਾਂਜੀ ਸਾਈਡ ਤੋਂ ਹੀ ਲੈ ਲੈਂਦਾ ਮੈਂ। ਐਕਟਰ ਪੂਰੇ ਘੈਂਟ ਆ ਜੀ, ਬਹੁਤ ਫਿਲਮਾਂ ਮੈਂ ਦੇਖੀਆਂ, ਬਹੁਤ ਫਿਲਮਾਂ ਆਈਆਂ ਵੀ। ਕਿੰਨੇ ਡਨ ਕਰ ਦਈਏ? ਕਰ ਦਈਏ ਡਨ। ਕੰਗ੍ਰੈਚੁਲੇਸ਼ਨ ਸਰ। ਥੈਂਕ ਯੂ ਸੋ ਮਚ। ਕੰਗ੍ਰੈਚੁਲੇਸ਼ਨ, ਤੁਸੀਂ ਮੈਨੂੰ ਐਕਟਿੰਗ ਸਿਖਾਈ। ਮਿਲਿਆ ਕਿ ਮੈਂ ਤਾਂ ਖੋਲਿਆ ਨਹੀਂ। ਡਨ ਹੋ ਗਿਆ ਸਰ, ਤੁਸੀਂ ਮੈਨੂੰ ਐਕਟਿੰਗ ਸਿਖਾਓਗੇ? ਹੱਥ ਕਰ ਦਿੰਦੇ। ਬਹੁਤ ਫਿਲਮਾਂ 'ਚ ਆਇਆ ਸਰ ਮੈਂ, ਵੈਸੇ ਬਹੁਤ ਫਿਲਮਾਂ ਕੀਤੀਆਂ ਮੈਂ ਤੁਹਾਡੇ ਨਾਲ ਕੰਮ ਕਰਨਾ ਚਾਹੁੰਦਾ। ਫਿਲਮਾਂ ਦੀ ਕੋਈ ਘਾਟ ਨਹੀਂ, ਬਹੁਤ ਫਿਲਮਾਂ ਸਰ। ਤੁਹਾਡੀਆਂ ਫਿਲਮਾਂ 'ਚ ਕੰਮ ਕੀਤਾ ਮੈਂ, ਉੜਤਾ ਪੰਜਾਬ 'ਚ ਤੁਸੀਂ ਮੈਨੂੰ ਦੇਖਿਆ ਨਹੀਂ ਸਰ? ਲੈ ਭਾਅ ਜੀ ਤੁਸੀਂ ਦੇਖਿਆ ਨਹੀਂ ਉਹ ਜਿਹੜੇ ਨਾਕੇ ਤੁਸੀਂ ਖੜਦੇ ਸੀਗੇ? ਮੈਂ ਰੋਜ਼ ਬਾਈਕ ਲੈ ਕੇ ਖੜਦਾ ਸੀ, ਵੱਡੇ ਭਰਾ ਨੂੰ ਰੋਟੀ ਦੇਣ ਜਾਂਦਾ ਹੁੰਦਾ ਸੀ ਭਾਈ, ਤੁਸੀਂ ਰੋਕੇ ਹੀ ਨਹੀਂ ਮੈਨੂੰ ਕਦੇ। ਮੈਂ ਡੇਲੀ ਆਉਂਦਾ ਸੀ ਨਾਕੇ ਤੇ। ਅਗਲੀ ਵਾਰ ਦੇਖ। ਹਾਂਜੀ ਲਖਨਊ ਸੈਂਟਰ 'ਚ ਵੀ ਸੀਗਾ ਮੈਂ। ਅੱਛਾ ਕੀ ਕਰ ਰਹੇ ਸੀ ਲਖਨਊ ਸੈਂਟਰ? ਤੁਸੀਂ ਦੇਖਿਆ ਨਹੀਂ? ਲਖਨਊ ਸੈਂਟਰ 'ਚ ਨਹੀਂ ਦੇਖਿਆ ਸਰ ਤੁਸੀਂ ਮੈਨੂੰ? ਕੰਟੀਨ 'ਚ ਤੁਸੀਂ ਰੋਟੀ ਖਾਂਦੇ ਸੀ ਨਾ, ਉਹ ਪਿੱਛੇ ਤਵੇ 'ਤੇ ਮੈਂ ਹੀ ਰੋਟੀਆਂ ਲਾਉਂਦਾ ਸੀ। ਓਹੋ ਹੋਰ ਭਾਅ ਜੀ ਆਹ ਭਲਵਾਨ ਸਿੰਘ ਮੂਵੀ ਘੋੜੇ ਤਿਆਰੇ ਜੋ ਤੁਸੀਂ, ਉਦੋਂ ਵੀ ਨਹੀਂ ਮੈਂ ਤੁਸੀਂ ਦੇਖਿਆ? ਭਾਅ ਜੀ ਘੋੜੇ ਤਿਆਰਨ ਨੂੰ ਸੀ, ਸਵੇਰੇ ਘੋੜੇ ਮੈਂ ਸਾਰੇ ਸਾਫ਼ ਕਰਦਾ ਹੁੰਦਾ ਸੀ। ਇਹ ਮੇਰੀ ਗਲਤੀ, ਮੈਂ ਮਾਫੀ ਚਾਹੁੰਦਾ ਇਸ ਪਰ। ਕੋਈ ਗੱਲ ਨਹੀਂ, ਅਗਲੀ ਵਾਰੀ ਆਪਣੀ ਫਿਲਮਾਂ ਘੱਟੋ ਘੱਟ ਖਾਸ ਕਰਕੇ ਚੰਗੀ ਤਰ੍ਹਾਂ ਦੇਖੋ। ਕੋਈ ਗੱਲ ਨਹੀਂ ਭਾਈ, ਮੈਂ ਤੁਹਾਡੇ ਨਾਲ ਹੁਣ ਕੰਮ ਕਰਨਾ ਚਾਹੁੰਦਾ। ਕਰੋ। ਮਤਲਬ ਪਿੱਛੇ ਨਹੀਂ, ਅੱਗੇ ਆਉਣਾ ਚਾਹੁੰਦਾ, ਤੁਹਾਡੇ ਬਰਾਬਰ, ਮਤਲਬ ਬਰਾਬਰ ਤਾਂ ਨਹੀਂ, ਮੇਰੇ ਅੱਗੇ ਨਾ ਨਾ ਨਹੀਂ ਨਾ ਅੱਗੇ ਨਹੀਂ ਨਹੀਂ ਮੇਰੇ ਅੱਗੇ ਨਾ ਜੀ ਕੰਮ ਕਰਨਾ ਚਾਹੁੰਦਾ। ਮਤਲਬ ਤੁਸੀਂ ਇੱਥੇ ਖੜੇ ਹੋ, ਮੈਂ ਇੱਥੇ ਕੋਈ ਡਾਇਲੋਗ ਬੋਲ ਰਹੀ ਜਾਂ ਬੋਡੀ ਦਾ ਬੋਡੀ ਤਾਂ ਹੈ ਨਹੀਂ ਮੇਰੀ, ਕੁਝ ਕਰਨਾ ਚਾਹੁੰਦਾ। ਦੱਸੋ ਸਰ ਪਹਿਲਾਂ ਐਕਟਿੰਗ ਲਈ ਕੀ ਕਰਾਂ ਮੈਂ? ਦੱਸੋ ਮੈਂ ਤਾਂ ਛੋਟਾ ਸੀਗਾ ਜਦੋਂ ਹੋਇਆ ਸੀਗਾ, ਇਹ ਕਹਿੰਦੇ ਘਰੇ ਕਾਕਾ ਨਹੀਂ ਹੋਇਆ, ਐਕਟਿੰਗ ਦਾ ਕੀੜਾ ਹੋਇਆ। ਸਰ ਦੱਸੋ ਹੁਣ ਮੈਂ ਕੀ ਕਰਾਂ? ਐਕਟਿੰਗ ਦਾ ਕੀੜਾ? ਹਾਂਜੀ ਦੱਸੋ ਕੀ ਕਰਾਂ ਮੈਂ, ਕੀ ਜ਼ਰੂਰੀ ਹੈ? ਮੈਂ ਜੋ ਪੜ੍ਹਿਆ ਤੁਹਾਡੇ ਬਾਰੇ, ਤੁਸੀਂ ਡਾਕਟਰ ਰਹੇ ਹੋ ਪਹਿਲਾਂ? ਹਾਂਜੀ ਫਿਰ ਤੁਸੀਂ ਦੱਸੋ ਮੈਨੂੰ ਡੋਜ਼ ਦਿਓ, ਮੈਂ ਡੇਲੀ ਕੀ ਕਰਿਆ ਕਰਾਂ? 3 ਟਾਈਮ ਦੀ ਖੁਰਾਕ ਬਣਾ ਕੇ ਦਿਓ ਕਿ ਬਸ ਨਾ ਖੁਰਾਕ ਨਾ ਕੀੜਾ ਹੀ ਨਾ ਮਰ ਜਾਏ ਕੋਈ ਤੇ। ਹਾਂਜੀ ਐਕਟਿੰਗ ਦਾ ਕੀੜਾ ਹੋਇਆ, ਦੱਸੋ ਭਾਜੀ ਮੈਂ ਐਕਟਿੰਗ ਕੀ ਸਿਖਾਵਾਂ ਯਾਰ ਤੁਹਾਨੂੰ, ਤੁਸੀਂ ਖੁਦ ਬਹੁਤ ਵਧੀਆ ਕਰ ਰਹੇ ਹੋ। ਮੈਂ ਉਹ ਤਾਂ ਮੈਂ ਮੰਨਦਾ ਲੋਕ ਨਹੀਂ ਮੰਨਦੇ, ਨਹੀਂ ਮੈਂ ਵੀ ਕਰਦਾ ਲੋਕ ਨਹੀਂ ਮੰਨਦੇ। ਫਿਲਮਾਂ ਦੱਸਦਾ ਇੱਥੇ ਸਰ ਮੈਂ ਕਿੰਨੀਆਂ ਕੀਤੀਆਂ, ਬਹੁਤ ਫਿਲਮਾਂ ਇਹੋ ਜਿਹੀਆਂ, ਬਹੁਤ ਫਿਲਮਾਂ ਕੀਤੀਆਂ ਮੈਂ। ਚਲੋ ਮੇਰੇ ਪਿੱਛੇ ਪਿੱਛੇ ਡਾਇਲੋਗ ਬੋਲੋ। ਹਾਂਜੀ ਕਿਹੜਾ ਡਾਇਲੋਗ? ਮੂਡ ਦੱਸ ਦਿਓ ਸਰ ਪਹਿਲਾਂ ਮੈਨੂੰ। ਮੂਡ ਮੈਂ ਨਾ ਓਵਰ ਕਈ ਵਾਰ ਕਰ ਦਿੰਦਾ। ਨਹੀਂ ਓਵਰ ਹੀ ਕਰ, ਓਵਰ ਹੀ ਆਪਾਂ ਪੰਜਾਬੀ। ਓਕੇ ਅਗਰ ਪਸੰਦ ਆਏ, ਅਗਰ ਪਸੰਦ ਆਏ ਤੂੰ ਲਾਈਕ ਕਰੋ, ਤੂੰ ਲਾਈਕ ਨਹੀਂ ਤੋ ਟੇਸਟ ਚੇਂਜ ਕਰ, ਨਹੀਂ ਤੋ ਟੇਸਟ ਚੇਂਜ। ਬਹੁਤ ਫਿਲਮ ਦੇਖੋ, ਬਹੁਤ ਫਿਲਮ ਦੇਖੋ। ਵਾਈਟ ਹਿਲ ਮਿਊਜ਼ਿਕ YouTube ਚੈਨਲ, ਵਾਈਟ ਹਿਲ ਮਿਊਜ਼ਿਕ YouTube ਚੈਨਲ। ਇਹ ਵਧੀਆ ਐਕਟਿੰਗ ਹੋਰ ਕੀ ਕਰੇਗਾ? ਵਧੀਆ ਸਰ, ਮੈਂ ਕਹਿੰਦਾ ਪੂਰੀ ਵਧੀਆ ਵਧੀਆ ਹੈ। ਫਿਰ ਅਗਲੀ ਮੂਵੀ 'ਚ ਲੈ ਰਹੇ ਮੈਨੂੰ? ਬਹੁਤ ਪਾਰਟ 2 ਤੱਕ ਮੈਂ ਹਰੇਕ ਚੀਜ਼ 'ਚ ਐਕਟਿੰਗ ਕਰਦਾ ਜੀ। ਮੈਨੂੰ ਕੱਲ੍ਹ ਪੇਟ ਖਰਾਬ ਹੋ ਗਿਆ, ਕਬਜ਼ੀ ਹੋ ਗਈ ਮੈਨੂੰ, ਫਿਰ ਮੈਂ ਸੰਨੀ ਦਿਓਲ ਭੱਜਦਾ ਡਾਇਲੋਗ ਬੋਲੇ। ਫਿਰ ਮੈਨੂੰ ਬਾਹਰ ਸਟੂਡੀਓ ਵਾਲੇ ਕਹਿੰਦੇ ਮਨ ਵਿਜੇ ਆਏ, ਫਿਰ ਮੇਰੀ ਐਕਟਿੰਗ ਨਿਕਲੀ। ਮੈਂ ਨਾਨਾ ਪੜ ਕੇ ਮੈਂ ਕਿਹਾ ਅੱਛਾ ਹੈ ਮਨ ਵਿਜੇ ਆਇਆ ਅੱਛਾ। ਹੁਣ ਕਈ ਵਾਰ ਉੱਚੀ ਬੋਲਦੇ, ਵੱਡੇ ਐਕਟਰਾਂ ਨੂੰ ਸੁਣਦਾ ਕਿੱਥੇ ਹੈ? ਮੈਂ ਕਈ ਵਾਰ ਨਹੀਂ ਸੁਣ, ਛੋਟੇ ਮੋਟੇ ਲੋਕਾਂ ਦੀਆਂ ਗੱਲਾਂ ਨਹੀਂ ਸੁਣਦਾ ਮੈਂ। ਇਹ ਜੋ ਬੋਲਦੇ ਕਿ ਮੈਨੂੰ ਸੁਣਦਾ ਨਹੀਂ, ਮੈਂ ਕਿਹਾ ਫਿਰ ਅਮਿਤਾਭ ਬੱਚਨ ਬਣ ਜਾਂਦਾ, ਕੁੜੀ ਨੂੰ ਪ੍ਰਪੋਜ਼ ਮਾਰਨਾ ਸ਼ਾਹਰੁਖ ਖਾਨ ਬਣ ਜਾਈਦਾ, ਉਹ ਐਕਟਿੰਗ 'ਚ ਕਰੀਦਾ। ਮੈਂ ਕੁੜੀ ਨੂੰ ਸ਼ਾਹਰੁਖ ਖਾਨ ਦੇ ਸਟਾਈਲ 'ਚ ਪ੍ਰਪੋਜ਼ ਮਾਰਿਆ, ਪਰ ਉਹਨਾਂ ਨੇ ਮੇਰੀ ਐਕਟਿੰਗ ਨਹੀਂ ਸਮਝੀ, ਉਹਨਾਂ ਨੇ ਕੁੱਟਿਆ ਮੈਨੂੰ ਰੀਅਲ 'ਚ। ਕੀ ਕਰਾਂ ਭਾਅ ਜੀ ਹੁਣ ਦੱਸੋ? ਮੈਂ ਉਹ ਬੰਦਾ ਸੀ, ਉਹਨਾਂ ਬੰਦਾ ਸੀ ਤੁਸੀਂ ਕਿ ਉਹ ਬੰਦਾ ਹੋਊਗਾ? ਚਲੋ ਤੁਸੀਂ ਨਹੀਂ, ਅਗਰ ਮੈਂ ਹੁੰਦਾ ਤਾਂ ਬਚ ਗਿਆ। ਅੱਛਾ ਤੁਸੀਂ ਤਾਂ ਹੀ ਮੈਂ ਤੁਹਾਡੇ ਨਾਲ ਕੰਮ ਕਰਨਾ ਚਾਹੁੰਦਾ ਸਰ, ਹੁਣ ਮੈਨੂੰ ਕੋਈ ਡੋਜ਼ ਦੇ ਦਿਓ, ਮੈਂ ਐਕਟਰ ਬਣ ਜਾਵਾਂ। ਤੂੰ ਐਕਟਰ ਹੀ ਹੈ, ਬਣ ਗਿਆ? ਮੈਂ ਐਕਟਰ ਹਾਂ, ਮੈਂ ਬਣ ਗਿਆ, ਮੈਂ ਬਣ ਗਿਆ, ਬਣ ਗਿਆ, ਬਸ ਬਿਹਤਰੀਨ ਹੈ ਸਰ। ਮੈਂ ਅਗਲੀ ਮੂਵੀ 'ਚ ਮੈਂ ਹੈਗਾ? ਯੈਸ ਤੁਹਾਡੇ ਨਾਲ 100%। ਬਸ ਇੱਕ ਵਾਰ ਕਹਿ ਦਿਓ, ਇਹ ਮੇਰੀ ਅਗਲੀ ਮੂਵੀ 'ਚ ਹੈਗਾ। ਹਾਂ ਅਤੇ ਹੈਪੀ ਐਕਸਪ੍ਰੈਸ ਸ਼ੋ ਬਾਰੇ ਕੁਝ ਕਹਿ ਦਿਓ ਕਿ ਹੈਪੀ ਐਕਸਪ੍ਰੈਸ ਸ਼ੋ ਬਹੁਤ ਵਧੀਆ ਸ਼ੋ ਹੈ, ਬੰਦਾ ਵੀ ਬੜਾ ਘੈਂਟ ਹੈ, ਆਈ ਲਵ ਹਿਮ। ਅਗਲੀ ਫਿਲਮ 'ਚ ਵੀ ਹੈਗਾ, ਨਾ ਹੋਏ ਤੇ ਮੇਰੀ ਮੁੱਛ ਦਾ ਸਵਾਲ। ਹਾਏ ਹਾਏ ਡਨ। kapru.com ਪੰਜਾਬ ਦਾ ਇੱਕੋ ਇੱਕ ਯੂਥ ਪੋਰਟਲ, ਐਂਟਰਟੇਨਮੈਂਟ ਦਾ ਦੇਸੀ ਪੰਚ।